ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ, ਖੇਡ ਪ੍ਰੇਮੀਆਂ ਨੂੰ, ਸਭ ਤੋਂ ਪਹਿਲਾਂ ਮੇਰੇ ਵੱਲੋਂ ਜਾਣੀ ਧਰਮ ਹਰਿਆਓ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਅੱਜ ਅਸੀਂ ਪੁੱਜੇ ਹੋਏ ਹਾਂ ਜ਼ਿਲ੍ਹਾ ਲੁਧਿਆਣੇ ਦੇ ਰਸੂਲਪੁਰ ਪਿੰਡ ਦੇ ਵਿੱਚ, ਜਿਸ ਨਗਰ ਦੇ ਬੜੇ ਪ੍ਰਸਿੱਧ ਖਿਡਾਰੀ ਨੇ ਬਾਈ ਹਰਵਿੰਦਰ ਸਿੰਘ ਜੀ, ਜਿਨ੍ਹਾਂ ਨੂੰ ਖੇਡ ਗਰਾਊਂਡਾਂ ਦੇ ਵਿੱਚ ਕਾਲੂ ਰਸੂਲਪੁਰ ਦੇ ਨਾਂ ਕਰਕੇ ਜਾਣਿਆ ਜਾਂਦਾ ਹੈ, ਮਾਂ ਖੇਡ ਕਬੱਡੀ ਦੇ ਇਸ ਪ੍ਰਸਿੱਧ ਧਾਵੀ ਦੇ ਨਾਲ। ਆਓ ਫਿਰ ਅੱਜ ਆਪਾਂ ਕਰਦੇ ਹਾਂ ਗੱਲਬਾਤ। ਹਾਂਜੀ ਬਾਈ ਜੀ, ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਬਾਕੀ ਰੰਗ ਪੰਜਾਬ ਚੈਨਲ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਜੀ, ਕੀ ਹਾਲ ਚਾਲ ਨੇ? ਬਸ ਵਧੀਆ ਵੀਰੇ, ਤੁਸੀਂ ਦੱਸੋ ਜੀ। ਜੀ ਬੜਾ ਵਧੀਆ ਬਾਈ ਜੀ। ਸੋ ਕਾਫੀ ਟਾਈਮ ਦੀ ਕੋਸ਼ਿਸ਼ ਸੀ ਕਿ ਬਾਈ ਕੋਲੇ ਵੀ ਪਹੁੰਚਿਆ ਜਾਵੇ ਅਤੇ ਉਹਨਾਂ ਦੀ ਜੀਵਨੀ ਵੀ ਜਿਹੜੀ ਆਪਾਂ ਲੋਕਾਂ ਦੇ ਵਿੱਚ ਲੈ ਕੇ ਆਈਏ। ਥੈਂਕ ਯੂ ਵੀਰੇ। ਹਾਂਜੀ, ਸੋ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੀ ਜ਼ਿੰਦਗੀ ਦੇ ਸਫ਼ਰ ਦੀ, ਕਬੱਡੀ ਦੇ ਸਫ਼ਰ ਦੀ, ਅਤੇ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਆਪਣੇ ਜਨਮ ਅਤੇ ਪਰਿਵਾਰ ਬਾਰੇ ਦੱਸੋ। ਮੇਰਾ ਜਨਮ ਵੀਰੇ 13/10/1985 ਨੂੰ ਪਿੰਡ ਰਸੂਲਪੁਰ ਵਿਖੇ ਹੋਇਆ ਜੀ। ਪਿਤਾ ਦਾ ਨਾਂ ਜਰਨੈਲ ਸਿੰਘ, ਮਾਤਾ ਦਾ ਨਾਂ ਸੁਰਿੰਦਰ ਕੌਰ ਜੀ। ਅਤੇ ਕਿੰਨੇ ਭੈਣ ਭਰਾ ਬਾਈ ਤੁਸੀਂ? ਅਸੀਂ ਚਾਰ ਭੈਣ ਭਰਾ, ਤਿੰਨ ਭੈਣਾਂ ਮੇਰੇ ਜੀ ਅਤੇ ਇਕੱਲਾ ਬ੍ਰਦਰ ਮੈਂ ਜੀ। ਹਾਂਜੀ। ਅਤੇ ਬਾਈ ਨੇ ਫਿਰ ਪੜ੍ਹਾਈ ਕਿੱਥੋਂ ਤੱਕ ਕੀਤੀ? ਪੜ੍ਹਾਈ +2 ਤੱਕ ਵੀਰੇ, ਪਿੰਡ ਦੇ ਸਕੂਲ 'ਚ ਜੀ। ਹਾਂਜੀ। ਅੱਛਾ ਬਾਈ ਜੀ, ਕਿੰਨੇ ਸਾਲ ਹੋ ਗਏ ਕਬੱਡੀ ਖੇਡਦੇ ਨੂੰ ਤੁਹਾਨੂੰ? ਕਬੱਡੀ ਵੀਰੇ ਮੈਂ 98 ਤੋਂ ਸ਼ੁਰੂ ਕੀਤੀ ਹੋਈ ਹੈ ਜੀ। ਜੀ ਹਾਂਜੀ, ਅਤੇ 20-22 ਸਾਲ ਹੋ ਗਏ ਵੀਰੇ ਜੀ। ਹਾਂਜੀ। ਅਤੇ ਕਿਹੜੇ ਭਜਨ ਤੋਂ ਸ਼ੁਰੂ ਕੀਤੀ ਸੀ ਜਾਂ ਕਿੰਨਾ ਤੋਂ ਪ੍ਰਭਾਵਿਤ ਹੋ ਕੇ ਕਬੱਡੀ ਖੇਡਣ ਵਾਲੇ ਪਾਸੇ ਆਏ ਤੁਸੀਂ? ਆਪਾਂ ਵੀਰੇ ਸਕੂਲ ਟਾਈਮ ਸਕੂਲ 'ਚੋਂ ਖੇਡਦਾ ਸੀਗਾ ਮੈਂ ਨੈਸ਼ਨਲ ਸਟਾਈਲ, ਫਿਰ ਪੰਜਾਬ ਸਟਾਈਲ ਖੇਡਣ ਲੱਗੀ ਸਕੂਲਾਂ ਤੋਂ, ਅਤੇ ਆਪਣੇ DP ਸਰ ਬੂਟਾ ਸਰ ਤੋਂ ਉਹਨਾਂ ਨੇ ਖੇਡਣ ਲਾਏ। ਹਾਂਜੀ। ਨੈਸ਼ਨਲ ਸਟਾਈਲ ਫਿਰ ਕਿੱਥੋਂ ਤੱਕ ਖੇਡੀ ਤੁਸੀਂ? ਨੈਸ਼ਨਲ ਸਟਾਈਲ ਤਾਂ ਪੰਜਾਬ ਤੱਕ, ਬਸ ਉੱਥੇ ਤੱਕ ਖੇਡੇ ਜੀ। ਜੀ ਹਾਂਜੀ। ਅਤੇ ਸਰਕਲ ਸਟਾਈਲ ਦੀ ਆਪਾਂ ਗੱਲ ਕਰੀਏ ਤਾਂ ਕਿਹੜੇ ਕਿਹੜੇ ਭਜਨ ਖੇਡੇ ਅਤੇ ਓਪਨ ਦੇ ਵਿੱਚ ਕਿਹੜੇ ਸੰਦ ਦੇ ਵਿੱਚ ਐਂਟਰੀ ਹੋਈ ਤੁਹਾਡੀ? ਸਰਕਲ ਸਟਾਈਲ ਦੀ ਜੀ 45 ਕਿਲੋ, 50 ਜੀ, 57, ਹਾਂਜੀ, 62 ਕਿਲੋ ਅਤੇ 68 ਕਿਲੋ ਵਜਨ ਦੇ ਵਿੱਚ ਮੈਂ ਓਪਨ ਸ਼ੁਰੂ ਕਰਤੀ ਜੀ। ਵਾਹ ਜੀ ਵਾਹ। ਹਾਂਜੀ। ਅਤੇ ਪਿੰਡ ਦੀ ਟੀਮ ਬਣਾਈ ਸੀ ਫਿਰ ਤੁਸੀਂ? ਹਾਂਜੀ, ਪਿੰਡ ਦੀ ਟੀਮ ਜੀ। ਜੀ। ਅਤੇ ਹੋਰ ਕਿਹੜੇ ਖਿਡਾਰੀ ਤੁਹਾਡੇ ਪਿੰਡ ਦੇ ਤੁਹਾਡੇ ਨਾਲ? ਮੇਰੇ ਨਾਲ ਜੀ ਕੁਲਵੰਤ ਖਾਂਤਾ, ਪਿੰਦੂ ਜੀ, ਦਲਜੀਤ, ਹਾਂਜੀ, ਅਤੇ ਜਗਸੀਰ ਮੁੰਡਾ ਚਿੜੀ ਜੀ, ਅਤੇ ਆਪਣਾ ਅੰਮ੍ਰਿਤਪਾਲ ਕੱਦੂ, ਇਹ ਸਾਰੇ ਸੀ ਜੀ। ਅੱਛਾ ਬਾਈ ਜੀ, ਫਿਰ ਹੋਰ ਕਿਹੜੀਆਂ ਕਿਹੜੀਆਂ ਟੀਮਾਂ ਦੇ ਵਿੱਚ ਖੇਡੇ ਹੋ ਤੁਸੀਂ? ਪਿੰਡ ਓਪਨ ਦੀ ਗੱਲ ਕਰੀਏ, ਕਿਹੜੇ ਖਿਡਾਰੀਆਂ ਨਾਲ ਖੇਡੇ ਹੋ? ਓਪਨ ਦੀ ਜੀ ਮੈਂ ਦੋਦਰ ਦੀ ਟੀਮ 'ਚੋਂ ਵੀ ਮੈਚ ਬਹੁਤ ਖੇਡੇ ਜੀ, ਅਤੇ ਕੌਂਕਿਆਂ ਦੀ ਟੀਮ 'ਚੋਂ ਵੀ ਮੈਚ ਖੇਡੇ ਜੀ, ਜੀ, ਅਤੇ ਹੋਰ ਵੀ ਕਈ ਟੀਮਾਂ ਦੇ ਵਿੱਚ ਓਪਨ ਦੇ ਮੈਚ ਤਾਂ ਬਹੁਤ ਟੀਮਾਂ ਦੇ ਵਿੱਚ ਖੇਡੇ ਜੀ। ਜੀ ਹਾਂਜੀ। ਅੱਛਾ ਬਾਈ ਜੀ, ਫਿਰ ਓਪਨ ਦੇ ਮੈਚ ਦੀ ਗੱਲ ਕਰੀਏ, ਉਸ ਮੈਚ ਦੀ ਜਿਹਦੇ ਵਿੱਚ ਆਪਣੇ ਬਾਈ ਕਾਲੂ ਦਾ ਨਾਂ ਜਿਹੜਾ ਪੂਰਾ ਉੱਭਰ ਕੇ ਲੋਕਾਂ ਦੇ ਵਿੱਚ ਆਇਆ ਹੋਵੇ। ਵੈਸੇ ਤਾਂ ਪਬਲਿਕ ਬਜਨੀ ਮੁਕਾਬਲਿਆਂ ਤੋਂ ਜਾਣਦੀ ਹੁੰਦੀ ਹੈ, ਪਰ ਓਪਨ ਦੇ ਵਿੱਚ ਜਿਹੜਾ ਬੰਦੇ ਦਾ ਥੋੜ੍ਹਾ ਜਿਹਾ ਨਾਂ ਜਿਹੜਾ ਉਹ ਜ਼ਿਆਦਾ ਬਣਦਾ, ਉਹ ਕਿਹੜਾ ਮੈਚ ਸੀ ਅਤੇ ਕਿੱਥੇ ਹੋਇਆ ਸੀ? ਉਹ ਜੀ ਆਪਣੇ ਚੂੜ ਚੱਕ ਜੀ, ਪੱਪੂ ਹੁਣਾਂ ਦਾ ਮੈਚ ਸੀਗਾ ਜੀ, ਕੁਆਟਰ ਫਾਈਨਲ ਮੈਚ ਸੀ ਜੀ। ਪੱਪੂ ਦੇ ਨਾਲ ਬੋਪਾਰਾ ਮਾਲਾ ਸੀਰਾ ਸੀਗਾ, ਅਤੇ ਮੇਰੇ ਨਾਲ ਜੰਡੀ ਵਾਲਾ ਕਾਲਾ ਸਟੋਪਰ ਸੀ ਜੀ, ਇੱਕ ਬੰਦਾ ਹੀ ਬਾਹਰੋਂ ਸੀਗਾ, ਅਤੇ ਜਦੋਂ ਅਸੀਂ ਪੱਪੂ ਹੁਣੀ ਹਰਾਏ ਫਿਰ ਲੋਕਾਂ 'ਚ ਬਈ ਲੋਕਾਂ ਨੂੰ ਪਤਾ ਲੱਗਿਆ ਜੀ। ਹਾਂਜੀ। ਅਤੇ ਉੱਤੇ ਫਿਰ ਪੱਪੂ 'ਤੇ ਕਬੱਡੀਆਂ ਪਾਈਆਂ? ਹਾਂਜੀ, ਪੱਪੂ 'ਤੇ ਕਬੱਡੀਆਂ। ਕਿਹੜੇ ਸੰਦ ਦੀ ਗੱਲ ਹੈ ਜੀ ਇਹ? ਹੋਣੀ ਆ ਜੀ 2-3 ਦੀ ਗੱਲ ਹੋਣੀ ਆ ਜੀ। ਅੱਛਾ ਕਾਲੂ ਬਾਈ, ਫਿਰ ਕਲੱਬਾਂ 'ਚ ਕਿਹੜੇ ਕਿਹੜੇ 'ਚ ਖੇਡਿਆ ਹੁਣ ਤੱਕ? ਕਲੱਬਾਂ ਜੀ, ਪਹਿਲਾਂ ਮੈਂ ਖੇਡਿਆ ਨਕੋਦਰ ਕਲੱਬ, ਜਿੰਦਰ ਭਾਜੀ ਉਹਨਾਂ ਖਾਨੋਵਾਲ ਜੀ, ਖਾਨੋ, ਹਾਂਜੀ,
ਅਤੇ ਫਿਰ ਹਰਜੀਤ ਤਲਵਾਰ ਕਲੱਬ ਜਗਰਾਉਂ ਸਾਰੇ ਮੈਚ ਉੱਥੇ ਖੇਡਿਆ ਜੀ। ਜੀ ਹਾਂਜੀ ਆਪਣੇ ਸੁਖਚੈਨ ਚੈਨਲ ਨੂੰ ਹਾਂਜੀ ਪਿਛਲੇ ਸਾਲ ਮੈਂ ਖੇਡਿਆ ਸੀਗਾ ਸੁਰਖਪੁਰ ਦੀ ਟੀਮ ਨਾਲ ਜੀ। ਹਾਂਜੀ ਯਾਦੇ ਹੋਣਾ ਨਾਲ ਜਾਦੇ ਹੋਣਾ ਨਾਲ ਜੀ 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 ਜੀ। ਅੱਛਾ ਬਾਈ ਜੀ ਫਿਰ ਬਾਹਰਲੇ ਮੁਲਕ ਤੁਸੀਂ ਪਹਿਲੇ ਸਾਲ ਕਦੋਂ ਗਏ ਸੀ ਅਤੇ ਕਿੱਥੇ ਤੁਹਾਡੀ ਚੋਣ ਹੋਈ ਸੀ? ਬਾਹਰਲੇ ਮੁਲਕ 'ਚ ਮੈਂ ਯੂਕੇ ਗਿਆ ਸੀਗਾ 2006 ਦੇ ਵਿੱਚ ਜੀ ਪਹਿਲੀ ਵਾਰੀ, ਅਤੇ ਚੋਣ ਹੋਈ ਸੀਗੀ ਜਲੰਧਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਜੀ। ਹਾਂਜੀ ਅਤੇ ਉੱਥੇ ਫਿਰ ਕਿਹੜੀ ਟੀਮ ਦੇ ਵਿੱਚ ਖੇਡੇ? ਉੱਥੇ ਮੈਂ ਖੇਡਿਆ ਜੀ ਗਰੇਵ ਜਨ ਟੀਮ ਨੂੰ, ਸੱਤਾ ਮਠੱਡਾ ਅਤੇ ਸਰਨੈਲ ਵਾਟ ਮਜਾਰਾ ਉਹਨਾਂ ਦੀ ਟੀਮ ਨੂੰ। ਅਤੇ ਨਾਲ ਖਿਡਾਰੀ ਕਿਹੜੇ ਤੁਹਾਡੇ ਨਾਲ ਸੀਗਾ ਜੀ? ਗੀਤਾ ਸ਼ੇਰਪੁਰ, ਮੱਤਾ ਭੋਲੇਕੇ ਜੀ, ਲਾਡੀ ਮੰਡਗਾ, ਸ਼ਿੰਦਾ ਗਹਿਲਾਂ ਵਾਲਾ ਜੀ ਜੀ। ਹਾਂਜੀ ਅਤੇ ਉਸ ਤੋਂ ਬਾਅਦ ਫਿਰ ਹੋਰ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਖੇਡੇ ਤੁਸੀਂ? ਫਿਰ ਜੀ ਕਨੇਡਾ, ਅਮੈਰੀਕਾ ਹਾਂਜੀ ਜੀ, ਇਹਨਾਂ ਮੁਲਕਾਂ ਦੇ ਖੇਡੇ। ਉੱਧਰ ਕਿਹੜੀਆਂ ਕਿਹੜੀਆਂ ਟੀਮਾਂ ਦੇ ਵਿੱਚ ਖੇਡੇ ਹੋ? ਕਨੇਡਾ ਮੈਂ ਜ਼ਿਆਦਾਤਰ ਖੇਡਿਆ ਜੀ ਕੈਲਗਰੀ ਦੀ ਟੀਮ ਨੂੰ, ਅਤੇ ਅਮੈਰੀਕਾ ਖੇਡਿਆ ਸੀਗਾ ਯੂਕੇ ਦੀ ਟੀਮ ਨੂੰ ਜੀ। ਹਾਂਜੀ ਪ੍ਰਮੋਟਰ ਕਿਹੜੇ ਤੁਹਾਡੇ? ਪ੍ਰਮੋਟਰ ਜੀ ਇੱਥੇ ਕਰਮਪਾਲ ਲੰਡੇਕੇ, ਮੇਜਰ ਪਲੂਰ ਜੀ ਕੈਲਗਰੀ ਤੋਂ। ਹਾਂਜੀ ਅਤੇ ਉੱਧਰੋਂ ਸੀਗਾ ਕਾਬਲ ਗਿੱਲ ਜੀ, ਮਾਣੂਕੇ ਵਾਲੇ। ਹਾਂਜੀ ਜੀ ਜੀ। ਅੱਛਾ ਬਾਈ ਜੀ ਫਿਰ ਇਹਨਾਂ ਦੇ ਦੌਰਾਨ ਇਸ ਕਬੱਡੀ ਦੇ ਸਫ਼ਰ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਤੁਹਾਡੀ ਜ਼ਿੰਦਗੀ ਦੇ, ਜਿਸ ਤਰ੍ਹਾਂ ਇੱਕ ਪਿੰਡ ਓਪਨ ਦਾ ਮੈਚ ਤਾਂ ਤੁਸੀਂ ਦੱਸਿਆ ਹੀ ਹੈ ਜਿਹਦੇ ਵਿੱਚ ਤੁਹਾਡੀ ਪਹਿਚਾਣ ਹੋਈ ਚੂੜ ਚੱਕ ਨਾਲ, ਅਤੇ ਇਸ ਤੋਂ ਇਲਾਵਾ ਗਰਾਊਂਡਾਂ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਨੇ ਜਿਹੜੀਆਂ ਹੁਣ ਤੱਕ ਦੇ ਸਫ਼ਰ ਦੀਆਂ, ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝ ਪਾਓ ਉਹਨਾਂ ਮੈਚਾਂ ਦੀਆਂ। ਹਾਂਜੀ ਮੈਚ ਜਿੱਦਾਂ ਪਹਿਲਾਂ ਮੈਂ ਜਿੰਦਰ ਭਾਜੀ ਨਾਲ ਖੇਡਦੇ ਸੀ, ਟੰਡਵਾਲ ਹਰਜੀਤ ਤਲਵਾਰ ਕਲੱਬ ਨਾਲ ਮੈਚ ਲੱਗਿਆ ਜੀ, ਅਤੇ ਹਰਜੀਤ ਤਲਵਾਰ ਕਲੱਬ ਦਾ ਨਾਮ ਬਹੁਤ ਵੱਡਾ ਸੀ ਉਦੋਂ। ਹਾਂਜੀ ਅਤੇ ਇਹਨਾਂ ਨਾਲ ਮੈਚ ਮੇਰਾ ਬਹੁਤ ਵਧੀਆ ਲੱਗਿਆ, ਅਤੇ ਫਿਰ ਇਹਨਾਂ ਨੂੰ ਉੱਥੋਂ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਵੀ ਤੂੰ ਸਾਡੇ ਨਾਲ ਖੇਡ। ਉਸ ਟਾਈਮ ਦੀ ਹਰਜੀਤ ਤਲਵਾਰ ਕਲੱਬ ਇੱਕ ਨੰਬਰ 'ਤੇ ਸੀ ਜੀ, ਪੱਪੂ ਹੋਣੀ, ਗੁੱਕ ਹੋਣੀ, ਅਜਮੇਰ, ਕੀਪੇ ਹੋਣੀ ਸਾਰੇ ਸੀਗੇ, ਅਤੇ ਫਿਰ ਇਹਨਾਂ 'ਚ ਖੇਡਣ ਦਾ ਮੌਕਾ ਮਿਲਿਆ ਮੈਨੂੰ ਬਹੁਤ ਵਧੀਆ ਲੱਗਿਆ ਜੀ। ਹਾਂਜੀ ਅਤੇ ਯਾਦਾਂ ਗਰਾਊਂਡਾਂ ਦੇ ਨਾਲ ਵੀ ਕਿਹੜੇ ਮੈਚ ਦੇ ਵਿੱਚ ਕਿੱਥੇ ਕਾਲੂ ਨੇ ਕਿੰਨੀਆਂ ਕਬੱਡੀਆਂ ਪਾਈਆਂ ਅਤੇ ਮੈਚ ਕਿਸ ਤਰ੍ਹਾਂ ਦੇ ਰਹੇ, ਅਤੇ ਉਹ ਵੀ ਜਿੱਥੇ ਮਤਲਬ ਕਿ ਸਰੇ ਹੋ ਜਾਂਦਾ ਅਤੇ ਉਹ ਵੀ, ਅਤੇ ਜਿੱਥੇ ਕਈ ਵਾਰੀ ਬੰਦੇ ਤੋਂ ਉਸ ਮੁਤਾਬਕ ਕੰਮ ਨਹੀਂ ਹੁੰਦਾ। ਹਾਂਜੀ ਪਹਿਲਾ ਟੂਰਨਾਮੈਂਟ ਅਸੀਂ ਕਮਾਲਪੁਰੇ ਜਿੱਤੇ ਸੀ 2004 ਦੇ ਵਿੱਚ, ਉੱਥੇ ਮੈਂ 35-37 ਗੋਡੀਆਂ ਪਾਈਆਂ ਸੀ ਇਕੱਲੇ ਨੇ, ਸੈਮੀਫਾਈਨਲ ਮੈਚ ਚੰਨਨਾਲ ਦੀ ਟੀਮ ਨਾਲ ਮੈਚ ਸੀਗਾ ਜੀ, ਅਤੇ ਵਧੀਆ ਉੱਥੇ ਵਧੀਆ ਲੱਗਿਆ ਮੈਨੂੰ। ਠੀਕ ਆ ਵੀ ਜੀ 35-37 ਗੋਡੀਆਂ ਬਹੁਤ ਹੋ ਜਾਂਦੀਆਂ, ਬਹੁਤ ਹੋ ਜਾਂਦੀਆਂ ਨੇ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਵੈਸੇ ਸੀਗੀਆਂ ਕਬੱਡੀਆਂ ਉੱਥੇ ਸਾਡੀਆਂ 41 ਕਬੱਡੀਆਂ ਪਈਆਂ ਸੀ, 7-8 ਕਬੱਡੀਆਂ ਮੇਰੇ ਸਟੋਪਰ ਨੇ ਪਾਈਆਂ, ਰੇਡਰ ਮੈਂ ਇਕੱਲਾ ਹੀ ਸੀਗਾ ਜੀ। ਹਾਂਜੀ ਵਾਹ ਜੀ ਵਾਹ, ਲਗਾਤਾਰ ਕਬੱਡੀਆਂ ਪਾਈਆਂ ਉਸ। ਹਾਂਜੀ ਲਗਾਤਾਰ ਹੀ ਜੀ। ਅਤੇ ਮਤਲਬ ਇਹ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਤੁਹਾਡਾ ਇਹ ਸਭ ਤੋਂ ਵੱਡਾ ਰਿਕਾਰਡ ਹੈ। ਹਾਂਜੀ ਰਿਕਾਰਡ ਆ ਜੀ ਇਹ, ਇੱਕ ਮੈਚ ਦੇ ਵਿੱਚ ਇੰਨੀਆਂ ਕਬੱਡੀਆਂ। ਹਾਂਜੀ ਜੀ। ਇਸ ਤੋਂ ਇਲਾਵਾ ਬਾਈ ਹੋਰ ਯਾਦਗਾਰੀ ਮੈਚਾਂ ਦੀ ਗੱਲ ਕਰੀਏ? ਇਸ ਤੋਂ ਇਲਾਵਾ ਵੀਰੇ ਜਿੱਦਾਂ ਰਾਮਪੁਰਾ ਲੁਧਿਆਣੇ ਦੇ ਪਰਲੇ ਪਾਸੇ, ਉੱਥੇ 6-6 ਮੈਚ ਸਾਡਾ ਫਾਈਨਲ ਮੈਚ ਹੋਇਆ ਜੀ, ਅਤੇ 6 ਦੇ 6 ਮੈਚ ਹੀ ਅਸੀਂ ਅੱਧੇ ਪੁਆਇੰਟ 'ਤੇ ਜਿੱਤੇ ਜੀ। ਸਾਡੀ ਕਬੱਡੀ ਆ ਜਾਂਦੀ ਸੀ ਪਹਿਲੀ, ਅਤੇ 6 ਕਬੱਡੀਆਂ ਦਿੰਦੇ ਸੀਗੇ, 6.5 ਵਾਲਾ ਜੇਤੂ ਹੁੰਦਾ ਸੀ ਜੀ, ਅਤੇ ਕੁਆਟਰ ਫਾਈਨਲ ਮੈਚ ਸਾਡਾ ਮਹਿਣੇ ਨਾਲ ਸੀ, ਉਹਦੇ 'ਚ ਅਸੀਂ ਟਾਸ ਹਾਰ ਗਏ, ਉਹਦੇ 'ਚ ਜੰਡੀ ਵਾਲੇ ਕਾਲੇ ਨੇ ਇੱਕ ਜੱਫਾ ਲਾਇਆ ਜੀ, ਅਤੇ ਸਾਡਾ ਅੱਧਾ ਉੱਥੇ ਹੋ ਗਿਆ ਸੀ, ਉਹ ਵੀ ਮੈਚ ਜਿੱਤ ਗਏ ਜੀ। ਫਾਈਨਲ ਤੱਕ ਜਾਣੀ ਕਿ ਅੱਧੇ ਪੁਆਇੰਟ ਨਹੀਂ, ਮੈਨੂੰ ਕੋਈ ਜੱਫਾ ਨਹੀਂ ਸੀ, ਫਾਈਨਲ ਤੱਕ ਅਸੀਂ ਅੱਧੇ 'ਤੇ ਜਿੱਤੇ ਜੀ। ਮਤਲਬ ਪਹਿਲੀ ਤਾਂ ਕਹਿ ਲਈਏ ਵੀ ਤੁਹਾਡਾ ਜਿਹੜਾ ਤੁਹਾਡਾ ਡੇਢ ਵਾਲਾ ਨੰਬਰ ਸੀ ਉਹ ਤੁਹਾਡਾ ਮਤਲਬ ਕਿ ਅੱਧਾ ਨੰਬਰ ਸੀ ਤੁਹਾਡਾ ਉੱਤੇ ਹੋ ਜਾਂਦਾ, ਅਤੇ ਨਾ ਜੱਫਾ ਉੱਧਰ ਲੱਗਦਾ ਨਾ ਉੱਧਰ ਲੱਗਦਾ, ਉਹ ਮੈਚ ਉਸ ਜਿੱਤ ਜਾ। ਹਾਂਜੀ ਉਹ ਮੈਚ ਜਿੱਤੇ ਜੀ, ਅਤੇ ਇੱਕ ਵਾਰੀ ਲੂਜ ਹੋਇਆ ਅਤੇ ਉਹ ਕਾਲੇ ਨੇ ਜੱਫਾ ਲਾ ਕੇ, ਉਹ ਇੱਕ ਜੱਫਾ ਲਾਤਾ। ਹਾਂਜੀ ਅਸੀਂ ਫਸਟ ਸੀਗੇ ਉੱਥੇ ਜੀ ਜੀ। ਹਾਂਜੀ ਸਾਰੇ ਟੂਰਨਾਮੈਂਟ 'ਤੇ ਹੈ ਨਹੀਂ ਸੀ ਜੱਫਾ, ਅਤੇ ਅੱਧੇ ਪੁਆਇੰਟ 'ਤੇ ਜਾਣੀ ਕਿ ਜਿੱਤਦੇ ਗਏ ਜੀ। ਹਾਂਜੀ ਅੱਛਾ ਬਾਈ ਜੀ, ਸੀਜ਼ਨ ਮੁਤਾਬਕ ਤੁਹਾਡੀ ਟੀਮ ਦੇ ਕਹਿ ਲਈਏ ਤੁਹਾਡੇ ਕੀ ਰਿਕਾਰਡ ਰਹੇ ਆ? ਜਿਵੇਂ ਕੋਈ 2 ਸਾਲ ਜਿੱਤ ਦਾ ਕੱਪ ਜਾਂ ਲਗਾਤਾਰ 3 ਸਾਲ ਦਾ ਰੱਖਿਆ ਹੁੰਦਾ, ਕੋਈ ਇੱਦਾਂ ਦੇ ਰਿਕਾਰਡ ਤੁਹਾਡੇ ਕੀ ਰਹੇ ਆ? ਕਿੰਨੇ ਕੱਪ ਆ ਜਿਹੜੇ ਤੁਸੀਂ ਇੱਕ ਸੀਜ਼ਨ ਦੇ ਵਿੱਚ ਜਿੱਤੇ ਆ?
ਇਹਦਾ ਜੀ ਇੱਕ ਤਾਂ ਕੁਹਾੜੇ ਅਸੀਂ 3 ਸਾਲ ਵਾਲਾ ਕੰਪ ਜਿੱਤੇ ਸੀਗੇ 3 ਸਾਲ ਲਗਾਤਾਰ। ਕਦੋਂ ਜੀ ਕੁਹਾੜੇ? ਇਹ ਗੱਲ ਹੋਣੀ ਆ ਜੀ 2008-09 ਦੀ। ਅਤੇ ਇੱਕ ਅਸੀਂ ਖੋਸੇ ਕੋਟਲੇ ਜੀ ਉੱਥੇ ਜਿੱਤੇ ਸੀਗੇ 3 ਸਾਲ। ਹਾਂਜੀ। ਅਤੇ ਬਾਕੀ ਅਸੀਂ 2009 ਦੇ ਵਿੱਚ ਲਗਾਤਾਰ 30 ਦਿਨ ਫਸਟ ਸੀਗੇ ਲਗਾਤਾਰ, ਕੋਈ ਨਾਗਾ ਨਹੀਂ ਸੀ। 30 ਦਿਨ ਖੇਡੇ, ਪੱਪੂ ਨਾਲ ਸੀਗਾ ਮੇਰੇ, ਜਾਫੀ ਹੁੰਦਾ ਅਤੇ ਤੀਜੀ ਨਿਜ਼ਾਮਪੁਰੀ ਦਾ ਰੀਡਰ ਹੁੰਦਾ ਸੀਗਾ ਨਾਲ ਜੀ। ਅਤੇ 31ਵੇਂ ਦਿਨ ਸੈਕਿੰਡ ਸੀਗੇ। 30 ਟੂਰਨਾਮੈਂਟ ਲਗਾਤਾਰ ਫਸਟ ਸੀ, ਕੋਈ ਨਾਗਾ ਵੀ ਨਹੀਂ ਲਗਾਤਾਰ। ਹਾਂਜੀ। ਅਤੇ ਬਾਹਰ ਸੀਜ਼ਨ ਦੇਖੀਏ ਜੀ, ਬਾਹਰ 2007 ਦੇ ਵਿੱਚ 8 ਦੇ ਵਿੱਚ ਲੱਖੇ ਭਾਅ ਜੀ ਉਹਨਾਂ ਨਾਲ ਉਦੋਂ ਜੰਗ ਦੀ ਟੀਮ ਜਿੱਤੀ ਸੀਗੀ 7 ਕੱਪ ਉੱਤੇ, ਅਤੇ ਅਸੀਂ ਇਹਨਾਂ ਨੂੰ 6 ਟੂਰਨਾਮੈਂਟ ਸੈਮੀ ਫਾਈਨਲ ਅੱਧੇ ਡੇਢ 'ਤੇ ਹਾਰਦੇ ਰਹੇ 6। ਫਿਰ ਐਡਮਿੰਟਨ ਮੈਂ ਬੈਸਟ ਸੀਗਾ ਅਤੇ ਮੂਹਰੇ ਟੀਮ ਜੰਗ ਦੀ ਟੀਮ ਸੀ, ਜਿਹਨਾਂ ਨਾਲ ਫਾਈਨਲ ਮੈਚ ਸੀ। ਜੰਗ ਦੀ ਟੀਮ ਦੇ ਵਿੱਚ ਰੇਡਰ ਸੀਗੇ ਲੱਖਾ ਭਾਅ ਜੀ, ਦੁੱਲਾ ਗਰਲਾਲ ਅਤੇ ਬਿੱਕਾ ਤਲਵੰਡੀ ਚੌਧਰ ਨਾਲ ਜੀ, ਅਤੇ ਮੈਂ ਇਹਨਾਂ ਤੋਂ ਆਲਟ ਬੈਸਟ ਸੀਗਾ ਦੂਜੇ ਪਾਸੇ। ਹਾਂਜੀ। ਵਾਹ ਜੀ ਵਾਹ। ਅੱਛਾ ਬਾਈ ਜੀ, ਜਿਵੇਂ ਨੈਸ਼ਨਲ ਸਟਾਈਲ ਵੀ ਖੇਡੀ, ਸਰਕਲ ਵੀ ਖੇਡੀ, ਅਤੇ ਫਿਰ ਕਿਤੇ ਜਿਵੇਂ ਤੁਸੀਂ ਬਿੱਕੇ ਹੋਰਾਂ ਦਾ ਜ਼ਿਕਰ ਕੀਤਾ, ਉੱਧਰਲੇ ਪਾਸੇ ਜਾ ਕੇ ਕੋਈ ਢੇਰੀ ਵਾਲਾ ਮੈਚ ਖੇਡਣ ਦਾ ਨਹੀਂ ਕਦੇ ਬਣਿਆ? ਹਾਂਜੀ, ਢੇਰੀ ਵਾਲਾ ਮੈਚ ਮੈਂ ਖੇਡਿਆ ਜੀ ਬਾਬੇ ਬਕਾਲੇ। ਮੈਂ ਉੱਥੇ ਅਕੈਡਮੀ ਦੇ ਮੈਚ ਖੇਡਣ ਗਏ ਸੀਗੇ, 6 ਟੀਮਾਂ ਦੇ ਮੈਚ ਸੀਗੇ, ਅਤੇ ਉੱਥੇ ਉਹਨਾਂ ਨੇ ਢੇਰੀ ਵਾਲਾ ਮੈਚ ਵੀ ਕਰਾਇਆ, ਅਤੇ ਫਿਰ ਮੈਂ ਉਹਨਾਂ ਦੀ ਬਾਬੇ ਬਕਾਲੇ ਦੀ ਟੀਮ ਨੂੰ ਢੇਰੀ ਵਾਲਾ ਮੈਚ ਵੀ ਖੇਡਿਆ ਜੀ। ਹਾਂਜੀ। ਕਿਵੇਂ ਰਿਹਾ ਜੀ ਫਿਰ ਉਹ? ਅਤੇ ਢੇਰੀ ਵਾਲੇ ਮੈਚ ਬਹੁਤ ਘੁੱਟ ਪਈ ਆਪਣੇ ਹੀ, ਮੈਨੂੰ ਖੇਡਣਾ ਨਹੀਂ ਆਉਂਦਾ ਸੀ, ਭੱਜਣ ਵਾਲਾ ਸੀਗਾ ਮੈਂ, ਅਤੇ ਉੱਥੇ ਮੀਂਹ ਪਿਆ ਹੋਇਆ ਸੀ ਅਤੇ ਗਰਾਊਂਡ ਥੋੜ੍ਹਾ ਜਿਹਾ ਫੁੱਲਾ ਸੀ, ਅਤੇ ਬਈ ਵੈਸੇ ਮੈਂ ਗੋਡੀਆਂ ਵਧੀਆ ਭੱਜਿਆ ਪਰ ਉਹਨਾਂ ਨੇ ਮੇਰੇ ਸਿੱਟੀਆਂ ਉੱਟੀਆਂ ਬਹੁਤ, ਕਿਉਂਕਿ ਉੱਧਰ ਥਾਲ ਥਾਲ ਜ਼ਿਆਦਾ। ਹਾਂਜੀ, ਉਹਨਾਂ ਨੂੰ ਖੇਡਣੀ ਆਉਂਦੀ ਸੀ, ਮੈਂ ਤਾਂ ਭੱਜਣ ਵਾਲਾ ਸੀਗਾ ਜੀ। ਹਾਂਜੀ। ਮਤਲਬ ਤੁਸੀਂ ਤਾਂ ਹੱਥ ਲਾ ਕੇ ਬੈਗ ਭੱਜਣ ਵਾਲੇ ਸੀ? ਹਾਂਜੀ। ਅਤੇ ਪਰ ਉਹ ਗਰਾਊਂਡ ਥੋੜ੍ਹਾ ਜਿਹਾ ਪੋਲਾ ਕਰਕੇ ਉਹ ਘੇਰ ਲੈਂਦੇ ਸੀ। ਹਾਂਜੀ। ਅਤੇ ਕੁਛ ਕੁ ਮੈਨੂੰ ਜੱਫੇ ਵੀ ਲੱਗੇ ਜੀ, ਅਤੇ ਪਰ ਉਹਨਾਂ ਨੇ ਬਹੁਤ ਸਿੱਟੀਆਂ ਮੇਰੇ ਅੰਕਲ ਲੱਫੜ ਦੁੱਫੜ ਬਹੁਤ ਸਿੱਟੇ ਜੀ। ਹਾਂਜੀ ਜੀ। ਅੱਛਾ ਬਾਈ ਜੀ, ਤੁਹਾਡੀ ਰੇਡ ਪਾਉਣ ਦੀ ਜਿਹੜੀ ਖਾਸੀਅਤ ਹੈ ਉਹ ਕਿਸ ਤਰ੍ਹਾਂ ਦੀ ਹੈ? ਤੇਜ਼ ਟੱਚ ਲਾਉਂਦੇ ਹੋ ਜਾਂ ਕਿਸ ਤਰ੍ਹਾਂ ਦਾ ਤੁਹਾਡਾ ਰਹਿੰਦਾ ਹੁੰਦਾ? ਹਾਂਜੀ ਵੀਰੇ, ਜਿੱਦਾਂ ਮੈਂ ਟੱਚ ਬਹੁਤ ਤੇਜ਼ ਲਾਉਂਦਾ ਸੀ ਪਹਿਲਾਂ ਤਾਂ, ਜਦੋਂ ਕੋਈ ਸਰੀਰ 'ਤੇ 60 ਫੀਟ ਨਹੀਂ ਸੀ ਜੀ, ਬਹੁਤ ਤੇਜ਼ ਟੱਚ ਲਾਉਂਦੇ ਸੀ, ਅਤੇ ਫਿਰ ਜਿੱਦਾਂ ਗਿੱਟੇ 'ਤੇ 60 ਲੱਗੀ ਫਿਰ ਥੋੜ੍ਹਾ ਸਲੋਅ ਹੋ ਗਿਆ ਜੀ। ਹਾਂਜੀ ਵੀਰੇ, ਖਾਸੀਅਤ ਪਹਿਲਾਂ ਇਹੀ ਸੀ ਵੀ ਟੱਚ ਬਹੁਤ ਜ਼ਿਆਦਾ ਤੇਜ਼ ਲਾਉਂਦਾ। ਅੱਛਾ ਬਾਈ ਜੀ, ਇੱਕ ਤੁਹਾਡੀ ਜਿਹੜੀ ਵੇਖਣ ਵਾਲੀ ਚੀਜ਼ ਇਹ ਹੈ ਤੁਹਾਡੀ ਰੇਡ ਦੀ, ਜਦੋਂ ਤੁਸੀਂ ਕਬੱਡੀ ਪਾਉਂਦੇ ਹੋ ਨਾ, ਜਿੰਨਾ ਤੁਸੀਂ ਅੱਗੇ ਤੁਹਾਡੀ ਸਪੀਡ ਹੈ ਉਨੀ ਤੁਹਾਡੀ ਬੈਕ ਹੈ, ਤੁਸੀਂ ਪਿੱਛੇ ਵੀ ਉਨੇ ਹੀ ਆਉਂਦੇ ਹੋ, ਅਤੇ ਇਹਦੇ ਵਾਸਤੇ ਕੀ ਤੁਸੀਂ ਕੋਈ ਵੱਖਰੀ ਐਕਸਟਰਾ ਮਿਹਨਤ ਕਰਦੇ ਹੋ? ਐਕਸਟਰਾ ਮਿਹਨਤ ਜੀ, ਇੱਦਾਂ ਪਹਿਲਾਂ ਤਾਂ ਖੋ ਖੋ ਖੇਡਦੇ ਹੁੰਦੇ ਸੀ, ਉਹਦੇ ਸਪੀਡ ਬਹੁਤ ਸੀਗੀ ਆਪਣੇ 'ਚ, ਫਿਰ ਮਿਹਨਤ ਇਹ ਸੀਗੀ ਜਿੱਦਾਂ ਮੈਂ ਆਪਣੇ ਰਿਤੇ ਵਾਲਾ ਗਰਾਊਂਡ ਹੁੰਦਾ ਸੀ ਪਿੰਡ, ਅਤੇ ਮੈਂ ਆਪਣੇ ਫਰੈਂਡ ਨੂੰ ਮੂਹਰੇ ਖੜਾ ਲੈਣਾ, ਉਹਨੂੰ ਖੜਾ ਕੇ ਉਹ ਤੋਂ ਵਾਹਵਾ 10 ਕਦਮ 15 ਕਦਮ ਪਿੱਛੇ ਖੜ ਜਾਣਾ, ਫਿਰ ਮੈਂ ਬੈਗ ਭੱਜਣਾ ਉਹਨੂੰ, ਮੈਂ ਕਹਿਣਾ ਤੂੰ ਮੈਨੂੰ ਛੂ, ਤੂੰ ਸਿੱਧਾ ਭੱਜ, ਅਤੇ ਉਹਨੇ ਪਹਿਲਾਂ ਤਾਂ ਸਿੱਧਾ ਭੱਜ ਕੇ ਛੂਹਣ ਲੱਗ ਗਿਆ, ਵੀ ਮੈਂ 10 ਫੁੱਟ ਦੂਰ ਖੜ ਕੇ ਭੱਜਦਾ ਸੀ, ਫਿਰ ਹੌਲੀ ਹੌਲੀ ਮੈਂ ਉਹਨੂੰ ਰਲਣੋਂ ਜਾਣੀ ਕਿ ਟੱਚ ਲਾ ਕੇ ਭੱਜ ਜਾਂਦਾ ਸੀ ਮੈਂ, ਅਤੇ ਮੈਂ ਬੈਗ ਭੱਜਦਾ ਉਹਨੂੰ ਉਹ ਤੋਂ ਰਲ ਨਹੀਂ ਦਿੰਦਾ ਸੀ, ਉਹਨੂੰ ਸੁੱਤਾ ਨਹੀਂ ਆਉਂਦਾ ਸੀ ਰੇਤੇ 'ਚ। ਬਸ ਇਹੀ ਐਕਸਰਸਾਈਜ਼ ਸੀਗੀ, ਬਹੁਤ ਕੀਤੀ ਹੈ ਮੈਂ, ਜਿੱਦਾਂ 15-15, 20-20 ਸਪਰਿੰਟਾਂ ਲਾ ਜਾਂਦਾ ਸੀ ਮੈਂ ਬੈਗ ਦੀਆਂ ਰੋਜ਼ ਜੀ। ਹਾਂਜੀ। ਧੱਲੇ ਕੀ ਕੱਪ ਸੀਗਾ, ਅਤੇ ਉੱਥੇ ਟੂਰਨਾਮੈਂਟ 'ਤੇ ਸਾਡੀ ਟੀਮ ਫਸਟ ਸੀਗੀ, ਅਤੇ ਸਾਰੇ ਟੂਰਨਾਮੈਂਟ 'ਤੇ ਮੈਂ ਸਾਰੇ ਪੁਆਇੰਟ ਜਿੰਨੇ ਵੀ ਲਏ ਮੈਂ ਬੈਕ ਹੀ ਲਏ, ਟੱਚ ਕਰਕੇ ਬੈਕ ਆ ਗਿਆ, ਕੋਈ ਵੀ ਸਟੋਪਰ ਮੇਰੇ ਮੂਹਰੇ ਨਹੀਂ ਹੋਇਆ ਸੀ ਜੀ। ਹਾਂਜੀ, ਮਤਲਬ ਸਿੱਧੇ ਜਾਂਦੇ ਅਤੇ ਬੈਕ ਹੀ ਗੱਡੀ? ਹਾਂਜੀ, ਟੱਚ ਲਾ ਕੇ ਬੈਕ ਹੀ ਮੁੜਿਆ ਹੁੰਦਾ ਸੀਗਾ। ਵਾਹ ਜੀ। ਧੱਲੇ ਕੀ ਟੂਰਨਾਮੈਂਟ ਦੀ ਇਹ ਜਿੱਦਾਂ ਯਾਦ ਆ ਮੈਨੂੰ ਅੱਜ ਤੱਕ ਹੀ। ਵਾਹ ਜੀ ਵਾਹ, ਸ਼ਾਮ ਤੱਕ। ਕਿਆ ਬਾਤ ਹੈ ਜੀ।
ਅੱਛਾ ਭਾਅ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡਾ ਜਿਹੜਾ 60 ਕਿਲੋ ਵਜ਼ਨ ਸੀ ਜਦੋਂ ਤੁਸੀਂ ਓਪਨ ਦੇ ਵਿੱਚ ਕਬੱਡੀ ਖੇਡਣੀ ਸ਼ੁਰੂ ਕੀਤੀ ਹੈ, ਅਤੇ ਉਸ ਤੋਂ ਬਾਅਦ ਆਪਾਂ ਆਲ ਓਵਰ ਗੱਲ ਕਰੀਏ ਕਿ ਤੁਹਾਡਾ ਕਿੰਨਾ ਵਜ਼ਨ ਰਿਹਾ? ਵਜ਼ਨ ਜੀ ਮੇਰਾ ਰਿਹਾ 85 ਤੋਂ 90 ਦੇ ਵਿੱਚ ਹੀ ਕਬੱਡੀ ਖੇਡਿਆ ਜੀ ਮੈਂ ਜੀ। 60 ਤੋਂ ਬਾਅਦ 75, 85 ਕਿਲੋ ਉੱਤੇ ਜਾ ਕੇ ਮੈਂ ਵਧੀਆ ਠੀਕ ਸੀ। 80-85 ਦੇ ਵਿੱਚ ਕਬੱਡੀ ਬਹੁਤ ਵਧੀਆ ਖੇਡਿਆ ਜੀ। ਹਾਂਜੀ, ਹੁਣ ਮੇਰਾ ਵਜ਼ਨ 90 ਕਿਲੋ ਜੀ। ਅਤੇ ਮਿਹਨਤ ਕਿੰਨਾ ਟਾਈਮ ਲਾਉਂਦੇ ਤੁਸੀਂ? ਮਿਹਨਤ ਜੀ ਮੈਂ ਇੱਦਾਂ ਸੀਗਾ, ਜਿਵੇਂ ਕਬੱਡੀ ਬਹੁਤ ਖੇਡਦਾ ਸੀ ਪਿੰਡ ਜਵਾਕਾਂ ਦੇ ਨਾਲ ਵੀ, ਮੋਰਨਿੰਗ ਜਾ ਕੇ ਵੀ, ਸ਼ਾਮ ਨੂੰ ਵੀ ਜੀ, ਅਤੇ ਉਹਨਾਂ 'ਤੇ ਕਬੱਡੀਆਂ ਪਾਈ ਜਾਂਦਾ ਸੀ ਜੀ। ਕੋਈ ਟਾਈਮ ਤਾਂ ਐਸਾ ਸੀ ਮੈਂ 70-70, 75-75 ਕਬੱਡੀਆਂ ਪਿੰਡ, ਜਿਵੇਂ 25-30 ਸਾਜਰੇ ਪਾਤੀਆਂ, 25-30 ਸ਼ਾਮ ਨੂੰ ਪਾਤੀਆਂ, ਇੱਦਾਂ ਡੇਲੀ ਕਬੱਡੀਆਂ ਹੀ ਪਾਈ ਜਾਂਦਾ ਸੀ ਜੀ। ਜਿਮ ਜੁੰਮ ਤਾਂ ਬਹੁਤ ਘੱਟ ਕਰਦਾ ਸੀ ਪਹਿਲਾਂ, ਬਈ ਕਬੱਡੀਆਂ ਪਾਉਂਦਾ ਹੀ ਬਹੁਤ ਜ਼ਿਆਦਾ, ਘੁਲਦੇ ਘੁਲਦੇ ਹੁੰਦੇ ਸੀ ਪਿੰਡ। ਹਾਂਜੀ, ਬਸ ਇਹੀ ਕਰਦੇ। ਅਤੇ ਖੁਰਾਕ ਦਾ ਕੀ ਸਡਿਊਲ ਤੁਹਾਡਾ? ਖੁਰਾਕ ਦਾ ਜੀ ਬਾਪੂ ਦੇਸੀ ਖੁਰਾਕ, ਜਮਾਂ ਦੁੱਧ ਲੱਸੀ ਘਿਓ ਬਪਜੀਰੀ, ਇਹ ਕੁਛ ਜੋ ਆਪਣੇ ਬਜ਼ੁਰਗ ਖਾਂਦੇ ਸੀ ਪਹਿਲਾਂ। ਹਾਂਜੀ, ਉਦੋਂ ਤਾਂ ਪ੍ਰੋਟੀਨ ਵਟੂਨ ਦਾ ਪਤਾ ਨਹੀਂ ਸੀ ਐਵੇਂ ਕਹਿੰਦਾ ਜੀ, ਬਸ ਉਹ ਨੋਰਮਲ ਖੁਰਾਕ 'ਤੇ ਸੀਗੇ ਜੀ। ਅੱਛਾ ਬਾਈ ਜੀ, ਫਿਰ ਉਸਤਾਦ ਤੁਸੀਂ ਕਿਹਨਾਂ ਨੂੰ ਮੰਨਦੇ ਹੋ, ਕਿਹਨਾਂ ਕਿਹਨਾਂ ਕੋਲ ਜਿਹੜੀ ਪ੍ਰੈਕਟਿਸ ਕੀਤੀ ਹੈ? ਉਸਤਾਦ ਜੀ ਜਿੱਦਾਂ ਪਹਿਲਾਂ ਤਾਂ ਸਕੂਲ ਟਾਈਮ 'ਚ ਮਾਸਟਰ ਬੂਟਾ ਸਿੰਘ ਜੀ, ਉਹ ਸਕੂਲ ਦੇ ਵਿੱਚ ਵਧੀਆ ਦੱਸਦੇ ਹੁੰਦੇ ਸੀ, ਜਿਵੇਂ ਸ਼ਾਮ ਨੂੰ ਗਰਾਊਂਡ ਦੇ ਵਿੱਚ ਜਾਣਾ, ਫਿਰ ਮੋਹਣੀ ਵੀਰਾ ਆਪਣਾ ਸੀਰਾ ਵੀਰਾ, ਅਤੇ ਉਹ ਗਾਈਡ ਕਰਦੇ ਹੁੰਦੇ ਸੀਗੇ। ਹਾਂਜੀ, ਅਤੇ ਫਿਰ ਉਦੋਂ ਬਾਅਦ ਜਦੋਂ ਆਲ ਓਪਨ ਦੇ ਵਿੱਚ ਗਏ, ਅਕੈਡਮੀਆਂ ਦੇ ਮੈਚਾਂ ਦੇ ਵਿੱਚ ਗਏ, ਫਿਰ ਉੱਥੇ ਹਰਜੀਤ ਤਲਵਾਰ ਕਲੱਬ ਦੇ ਪਲੇਅਰ ਗੁਲਜ਼ਾਰ ਬਾਈ, ਗੁੱਕ ਬਾਈ ਹੋ ਗਿਆ, ਜਗਦੀਪ ਬਾਈ, ਅਜਮੇਰ, ਇਹ ਸਾਰੇ ਗੱਗੀ ਬਾਈ ਲੋਪੋ ਵਾਲਾ ਬਾਈ, ਇਹਨਾਂ ਨੇ ਸਾਰਿਆਂ ਨੇ ਵਧੀਆ ਗਾਈਡ ਕੀਤਾ, ਇਹ ਸਾਰੇ ਉਸਤਾਦ ਹੀ ਸੀ ਫਿਰ ਤਾਂ। ਸੀਨੀਅਰ ਖਿਡਾਰੀ ਤੁਹਾਡੇ? ਹਾਂਜੀ, ਸੀਨੀਅਰ ਖਿਡਾਰੀ। ਹਾਂਜੀ ਜੀ। ਅੱਛਾ ਬਾਈ, ਕਾਲੂ ਦੀ ਰੇਟ 'ਤੇ ਪੈਸੇ ਕਿੰਨੇ ਕੁ ਲੱਗੇ ਆ ਹੁਣ ਤੱਕ, ਗੱਲ ਕਰੀਏ? ਪੈਸੇ ਵੀਰੇ ਜਿੱਦਾਂ 50,000 ਤੱਕ, ਹਾਂਜੀ $500,000 ਇੱਦਾਂ ਲੱਗਿਆ। ਹਾਂਜੀ, ਬਾਹਰ ਵੀ ਅਤੇ ਇੱਧਰ ਵੀ? ਇੱਧਰ ਵੀ। ਹਾਂਜੀ ਜੀ। ਅੱਛਾ ਬਾਈ, ਬੈਸਟ ਰੇਟਰ ਕਿੰਨੇ ਕੁ ਵਾਰੀ ਬਣੇ ਹੋ ਤੁਸੀਂ, ਅਤੇ ਕੀ ਕੁਝ ਜਿੱਤਿਆ ਹੁਣ ਤੱਕ? ਬੈਸਟ ਰੇਟਰ ਦੇ ਵਿੱਚ ਵੀਰੇ ਜਿੱਦਾਂ 15-18 ਦਾ ਮੋਟਰਸਾਈਕਲ ਜਿੱਤੇ, ਅਤੇ 2 ਘੋੜੇ ਜਿੱਤੇ ਹੋਏ ਆ। ਵਾਜੀ ਵਾਹ। ਅਤੇ ਬਾਕੀ ਜ਼ਿਆਦਾਤਰ ਮੈਂ ਜਿੱਥੇ ਟਰਾਫੀਆਂ ਹੁੰਦੀਆਂ ਸੀ ਉੱਥੇ ਹੀ ਜ਼ਿਆਦਾ ਬੈਸਟ ਹੁੰਦਾ ਸੀ, ਜਿੱਥੇ ਕੋਈ ਵੱਡੀ ਚੀਜ਼ ਹੁੰਦੀ ਸੀ, ਪਤਾ ਨਹੀਂ ਕੀ ਗੱਲ ਸੀ, ਕਹਿੰਦੇ ਪ੍ਰੈਸ਼ਰ ਹੁੰਦਾ ਸੀ, ਉੱਥੇ ਮੈਂ ਐਂਡ ਵਾਲੀ ਕੌਡੀ ਵੀ ਜੱਫਾ ਖਾ ਜਾਂਦਾ ਸੀ ਜੀ, ਬੈਸਟ ਵਾਲੀ, ਉਵੇਂ ਬੈਸਟ ਨਹੀਂ ਜ਼ਿਆਦਾ ਨਿਕਲੇ ਜੀ। ਹਾਂਜੀ, ਮਤਲਬ ਤੁਹਾਡੇ 'ਤੇ ਪ੍ਰੈਸ਼ਰ ਹੀ ਹੁੰਦਾ ਸੀ ਜਾਂ ਕਿਸ ਤਰ੍ਹਾਂ ਵੀ ਗੱਲੇ, ਜਿੱਥੇ ਟਰੋਫੀ ਹੁੰਦੀ ਉੱਥੇ ਤਾਂ ਬੈਸਟ ਤੁਸੀਂ ਹੁੰਦੇ, ਅਤੇ ਜਿੱਥੇ ਕੁਛ ਹੁੰਦਾ ਤਾਂ ਉੱਥੇ ਤੁਸੀਂ? ਹਾਂਜੀ, ਪ੍ਰੈਸ਼ਰ ਲਾ ਲਓ, ਬਾਕੀ ਇਹ ਸਾਰੇ ਪਲੇਅਰਾਂ ਨੂੰ ਪਤਾ ਹੀ ਆ ਮੇਰੀ ਗੱਲ ਦਾ ਜੀ, ਵੀ ਐਂ ਹੁੰਦੀ ਸੀ ਮੇਰੇ ਨਾਲ ਜੀ। ਹਾਂਜੀ ਜੀ। ਅੱਛਾ ਬਾਈ, ਦੇ ਮਾਨ ਸਨਮਾਨ ਕਿੰਨੇ ਕੁ ਹੋਇਆ ਬਾਈ? ਮਾਨ ਸਨਮਾਨ ਵੀਰੇ ਜਿੱਦਾਂ 2008 ਦੇ ਵਿੱਚ ਬੋਲਟ ਮੋਟਰਸਾਈਕਲ ਨਾਲ ਕਰਮਪਾਲ ਲੰਡੇਕੇ, ਮੇਜਰ ਪਲੂਰ ਬਾਈ ਹੁਣਾਂ ਨੇ ਕੀਤਾ ਉਹਨਾਂ ਨੇ, ਅਤੇ ਉਹਨਾਂ ਨੇ ਫਿਰ 2010 ਦੇ ਵਿੱਚ ਸਕੋਰਪੀਓ ਗੱਡੀ ਨਾਲ ਸਨਮਾਨਿਤ ਕੀਤਾ ਕਰਮਪਾਲ ਲੰਡੇਕੇ, ਮੇਜਰ ਪਲੂਰ ਉਹਨਾਂ ਨੇ, ਅਤੇ ਮੈਂ ਕਹਿ ਲਈ ਉਹਨਾਂ ਦੀ ਟੀਮ ਵੱਲੋਂ ਹੀ ਖੇਡਿਆ ਜੀ, ਤਾਂ ਕਰਕੇ, ਅਤੇ ਹੋਰ 6-8-10 ਮੋਟਰਸਾਈਕਲ ਹੋਰ ਮੈਨੂੰ ਮੇਰੇ ਯਾਰਾਂ ਦੋਸਤਾਂ ਨੇ ਸਨਮਾਨਿਤ ਕੀਤੇ ਜੀ, ਅਤੇ ਬਾਕੀ ਲੋਕਾਂ ਦੀਆਂ ਤਾੜੀਆਂ ਸਭ ਤੋਂ ਵੱਡਾ ਮਾਨ ਸਨਮਾਨ ਆ ਮੇਰੇ ਲਈ। ਅੱਜ ਵੀ ਮੈਂ ਗਰਾਊਂਡ 'ਚ ਜਾਂਦਾ, ਲੋਕ ਉੱਠ ਕੇ ਤਾੜੀ ਮਾਰਦੇ ਆ ਜੀ, ਅਤੇ ਮੇਰੇ ਲਈ ਉਹੀ ਰੱਬ ਆ ਸਭ ਕੁਛ। ਹਾਂਜੀ, ਬਿਲਕੁਲ, ਬਹੁਤ ਮਾਨ ਸਨਮਾਨ ਦਿੱਤਾ ਲੋਕਾਂ ਨੇ ਜੀ, ਉਦੋਂ ਵੱਡਾ ਕੋਈ ਸਨਮਾਨ ਨਹੀਂ ਮੇਰੇ ਲਈ। ਬਿਲਕੁਲ ਜੀ, ਬਿਲਕੁਲ, ਜਿਹੜਾ ਦਰਸ਼ਕਾਂ ਦਾ ਪਿਆਰ ਹੈ ਜਿਹੜਾ। ਅੱਛਾ, ਇੱਕ ਇਹ ਵੀ ਦੇਖੋ, ਦਰਸ਼ਕਾਂ ਦਾ ਜਿਹੜਾ ਟੇਸਟ ਹੁੰਦਾ ਕਿ ਜੇ ਤਾਂ ਕਾਲੂ ਭੱਜਿਆ ਤਾਂ ਫਿਰ ਵੀ ਤਾੜੀਆਂ ਅਤੇ ਕੂਕਾਂ ਪੈਣੀਆਂ ਨੇ, ਜੇ ਕਾਲੂ ਨੂੰ ਜੱਫਾ ਲੱਗਿਆ ਅਤੇ ਫਿਰ ਵੀ ਤਾੜੀਆਂ ਅਤੇ ਕੂਕਾਂ ਪੈਣੀਆਂ ਨੇ। ਇੱਥੇ ਫਿਰ ਤੁਹਾਨੂੰ ਕਿਵੇਂ ਜੇ ਲੱਗਦਾ ਹੁੰਦਾ ਜੀ? ਬਸ ਇੱਥੇ ਵਧੀਆ ਫੀਲ ਹੁੰਦਾ ਜੀ, ਕੋਈ ਆਪਣੇ 'ਚ ਇੱਦਾਂ ਲੱਗਦਾ ਵੀ ਮੇਰੇ 'ਚ ਉੱਥੋਂ ਵੀ ਮੇਰੇ 'ਚ ਕੋਈ ਮਾਣ ਨਹੀਂ, ਕੋਈ ਹੰਕਾਰ ਨਹੀਂ, ਜੱਫਾ ਪੈ ਗਿਆ ਮੈਨੂੰ ਕੋਈ ਦੁੱਖ ਨਹੀਂ, ਮੈਂ ਭੱਜਿਆ ਮੈਨੂੰ ਕੋਈ ਖੁਸ਼ੀ ਨਹੀਂ ਜੀ, ਪਰ ਮੈਂ ਆਪਦੀ ਕਬੱਡੀ ਮਸਤ ਪਾਈ ਜਾਣੀ ਆ ਜੀ, ਜੋ ਮੇਰੇ ਹਿੱਸੇ ਦੀਆਂ, ਲੋਕਾਂ ਨੂੰ ਖੁਸ਼ ਰੱਖਣਾ, ਲੋਕਾਂ ਨੂੰ ਖੁਸ਼ ਰੱਖਣਾ, ਬਸ ਲੋਕ ਦਰਸ਼ਕ ਖੁਸ਼ ਚਾਹੀਦੇ ਜੀ। ਹਾਂਜੀ,
ਬਿਲਕੁਲ ਬਾਈ ਜੀ, ਹੋਣਾ ਵੀ ਇੱਦਾਂ ਹੀ ਚਾਹੀਦਾ ਜੀ, ਉਹੀ ਭਰਾ ਆਪਣੇ ਸਭ ਰੱਬ ਉਹੀ ਆ। ਹਾਂਜੀ, ਲੋਕਾਂ ਦੇ ਨਾਲ ਹੀ ਆ ਸਾਰਾ ਕੁਛ ਜੀ। ਬਿਲਕੁਲ ਬਾਈ ਜੀ ਬਿਲਕੁਲ। ਅੱਛਾ ਬਾਈ ਜੀ, ਆਪਾਂ ਸਹਿਯੋਗ ਦੀ ਗੱਲ ਕਰੀਏ, ਜਦੋਂ ਤੁਸੀਂ ਕਬੱਡੀ ਦੀ ਸ਼ੁਰੂਆਤ ਕੀਤੀ ਹੈ ਅਤੇ ਉਸ ਟਾਈਮ ਘਰ ਦਾ ਜਿਹੜਾ ਸਹਿਯੋਗ ਸੀ ਉਹ ਕਿਸ ਤਰ੍ਹਾਂ ਦਾ ਸੀ, ਅਤੇ ਉਸ ਤੋਂ ਬਾਅਦ ਤੁਹਾਨੂੰ ਕਿਹੜੇ ਕਿਹੜੇ ਮਿੱਤਰ ਸਹਿਯੋਗੀ ਮਿਲਦੇ ਰਹੇ? ਹਾਂਜੀ, ਕਬੱਡੀ ਦਾ ਘਰਦਿਆਂ ਦਾ ਸਹਿਯੋਗ ਬਹੁਤ ਸੀ ਮੇਰੇ ਨਾਲ, ਅਤੇ ਮੰਮੀ ਦਾ, ਪਾਪੇ ਦਾ, ਹੋਰ ਆਪਣੇ ਰਿਸ਼ਤੇਦਾਰਾਂ ਦਾ, ਮਾਮਿਆਂ ਦਾ, ਸਾਰਿਆਂ ਦਾ ਬਹੁਤ ਸਹਿਯੋਗ ਸੀਗਾ ਮੈਨੂੰ ਵੀ ਖੇਡੇ ਆਪਣਾ ਮੁੰਡਾ। ਹਾਂਜੀ, ਕਿਉਂ ਮੈਂ ਛੋਟੇ ਬੱਚਿਆਂ 'ਚ ਵਧੀਆ ਖੇਡਦਾ ਸੀ ਤਾਂ ਕਰਕੇ। ਫਿਰ ਉਦੋਂ ਬਾਅਦ 'ਚੋਂ ਮੇਰੇ ਨਾਲ ਕਾਂਤਾ ਹੋ ਗਿਆ, ਪਿੰਦੂ ਹੋ ਗਿਆ ਜੀ, ਅਤੇ ਆਪਣਾ ਦਿੱਲੀ ਹੋ ਗਿਆ ਦਿਲਜੀਤ, ਅਤੇ ਹੋਰ ਕਈ ਆਪਣੇ ਨਵੇਂ ਪਲੇਅਰ ਨਾਲ ਜੁੜੇ ਮੁੰਡੇ, ਅਤੇ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ। ਮੂਣੀ ਹੋਣਾ ਦਾ, ਸੀਰੀ ਹੋਣਾ ਦਾ, ਬਹੁਤ ਮੈਨੂੰ ਪੰਡਿਤ ਹੈਪੀ ਦਾ ਜੀ, ਮੈਨੂੰ ਗਾਂਹ ਲਿਆਉਣ 'ਚ ਬਹੁਤ ਵੱਡਾ ਸਹਿਯੋਗ ਆ ਇਹਨਾਂ ਦਾ। ਹਾਂਜੀ ਜੀ ਜੀ। ਅੱਛਾ ਬਾਈ, ਆਪਾਂ ਗੱਲ ਕਰੀਏ ਫਿਰ ਤੁਹਾਡੇ ਮਨਪਸੰਦ ਖਿਡਾਰੀਆਂ ਦੀ, ਤੁਹਾਡੇ ਮਨਪਸੰਦ ਜਾਫੀ ਕਿਹੜਾ ਹੈ? ਮਨਪਸੰਦ ਜਾਫੀ ਜੀ, ਇੱਕ ਤਾਂ ਪੱਪੂ ਚੂੜ ਚੱਕ, ਅਤੇ ਇੱਕ ਆਪਣਾ ਕੱਦੂ ਰਸੂਲਪੁਰ ਵਾਲਾ ਜੀ। ਹਾਂਜੀ, ਕੀ ਖਾਸੀਅਤ ਲੱਗਦੀ ਹੈ ਤੁਹਾਨੂੰ ਇਹਨਾਂ ਦੀ? ਜਿੱਦਾਂ ਪੱਪੂ ਆਪਦਾ ਇੱਕ ਦੇ ਜ਼ੋਰ 'ਤੇ ਬੰਦਾ ਰੋਕਦਾ ਜੀ, ਕੋਈ ਆਏ ਨਹੀਂ ਹੈ, ਕੋਈ ਚੁਸਤ ਚਲਾਕੀ ਨਹੀਂ ਹੈ ਇੱਕ ਦੇ ਜ਼ੋਰ 'ਤੇ, ਅਤੇ ਬਸ ਦੂਜੇ ਪਾਸੇ ਕੱਦੂ ਆਪਣਾ ਚੁਸਤ ਚਲਾਕੀ ਨਾਲ ਬੰਦਾ ਰੋਕਦਾ। ਦੋ ਹੀ ਗੇਮਾਂ ਇਹ 'ਚ ਜੀ, ਇੱਕ ਨੇ ਤੇਜ਼ ਫੜਨਾ, ਇੱਕ ਨੇ ਜਾਣਨਾ, ਉਹ ਦੋਨੇ ਬੰਦਿਆਂ ਨੂੰ ਭੱਲਾ ਹੀ ਕਰਦੇ ਜੀ ਜੀ ਜੀ। ਹਾਂਜੀ, ਅਤੇ ਰੇਡਰ ਦੀ ਗੱਲ ਕਰੀਏ ਜੀ, ਰੇਡਰ ਦੀ ਗੱਲ ਜੀ, ਜਿੱਦਾਂ ਆਪਣਾ ਅਜਮੇਰ ਜਲਾਲ ਬਾਈ ਅਤੇ ਕੀਪਾ ਬਧਨੀ ਵਾਲਾ ਜੀ, ਅਤੇ ਇਹ ਰੇਡਰਾਂ ਨੂੰ ਆਪਾਂ ਲਾਈ ਕਰਦੇ। ਕਿਸ ਤਰ੍ਹਾਂ ਕੀ ਖਾਸੀਅਤ ਲੱਗਦੀ ਤੁਹਾਨੂੰ ਇਹਨਾਂ ਦੀ? ਜਿੱਦਾਂ ਅਜਮੇਰ ਬਾਈ ਦੇ ਟੱਚ ਬਹੁਤ ਘੈਂਟ ਆਈ, ਬਹੁਤ ਤੇਜ਼ ਟੱਚ ਮਾਰਦੇ, ਅਤੇ ਕੀਪੇ ਦੇ ਵੈਸੇ ਟੱਚ ਤੇਜ਼ ਆ, ਫਿਰ ਸੋਹਲੇ ਬਹੁਤ ਮਾਰਦਾ, ਜਾਫੀ ਨੂੰ ਪਤਾ ਨਹੀਂ ਲੱਗਣ ਦਿੰਦਾ ਵੀ ਟੱਚ ਲੱਗ ਗਿਆ, ਬਾਅਦ 'ਚੋਂ ਪਤਾ ਲੱਗਦਾ ਵੀ ਰੈਫਰੀ ਦੱਸਦਾ ਵੀ ਲੱਗ ਗਿਆ। ਬਿਲਕੁਲ ਜੀ ਬਿਲਕੁਲ। ਬਾਕੀ ਅਜਮੇਰ ਦਾ ਤਾਂ ਇਹ ਵੀ ਰਿਹਾ ਨਾ ਜੀ ਕਿ ਉਹ ਇੰਨਾ ਫਾਸਟ ਟੱਚ ਮੇਰੇ ਖਿਆਲ ਵੀ ਸ਼ਾਇਦ ਹੀ ਕਿਸੇ ਦਾ ਹੋਵੇ ਜਿੰਨੇ ਟਾਈਮ ਦੇ ਵਿੱਚ ਉਹ ਮੁੜਦਾ ਹੈ। ਹਾਂਜੀ। ਅੱਛਾ ਬਾਈ ਜੀ, ਜਿਸ ਤਰ੍ਹਾਂ ਖਿਡਾਰੀਆਂ ਨੂੰ ਜਿਹੜੇ ਵੱਖੋ ਵੱਖਰੇ ਖਿਤਾਬ ਦਿੱਤੇ ਜਾਂਦੇ ਨੇ, ਅਤੇ ਤੁਹਾਨੂੰ ਜਿਹੜਾ ਮਸਤ ਮੌਲਾ ਦਾ ਖਿਤਾਬ ਦਿੱਤਾ ਗਿਆ, ਅਤੇ ਇਹ ਤੁਹਾਨੂੰ ਕਿੱਥੇ ਅਤੇ ਕਿੰਨਾ ਨੇ ਦਿੱਤਾ ਸੀ, ਅਤੇ ਕਿਸ ਤਰ੍ਹਾਂ ਦਾ ਸੀਗਾ ਇਹ ਜੋ ਤੁਹਾਨੂੰ ਇਹ ਨਾਮ ਦਿੱਤਾ ਗਿਆ ਮਸਤ ਮੌਲਾ ਦਾ? ਹਾਂਜੀ, ਬਾਕੀ ਦਾ ਮਸਤ ਮੌਲਾ ਦਾ ਸੀ, ਮੈਂ ਕੁੰਡੀਆਂ ਪਾਉਂਦਾ ਸੀ ਬਹੁਤ ਜ਼ਿਆਦਾ ਜੀ, ਅਤੇ ਆਪਣੇ ਕਮੈਂਡੇਟਰਾਂ ਦੇ ਕਹਿਣ ਵਾਂਗੂ ਵੀ ਮਸਤ ਬੰਦਾ ਆਪਦੀਆਂ ਗੋਡੀਆਂ ਪਾਈ ਜਾਂਦਾ। ਬਾਕੀ ਇਹ ਖਿਤਾਬ ਦਾ ਆਏ ਸੀ 2007 ਦੇ ਵਿੱਚ, ਟੋਰਾਂਟੋ ਪੰਜਾਬੀ ਟੀਮ ਦੇ ਨੂੰ ਖੇਡਦਾ ਸੀ ਮੈਂ ਜੀ। ਸਾਡੀ ਟੀਮ ਠੀਕ ਸੀਗੀ, ਅਸੀਂ ਪਹਿਲਾ ਦੂਜਾ ਮੈਚ ਹਾਰ ਜਾਂਦੇ ਸੀਗੇ, ਅਤੇ ਉੱਥੇ ਮੇਰੀਆਂ ਕਬੱਡੀਆਂ ਸੀਗੀਆਂ 108 ਕਬੱਡੀਆਂ ਪਾਈਆਂ ਮੈਂ ਜੀ, ਅਤੇ 1 ਪੁਆਇੰਟ ਕੋਮਨ ਸੀਗਾ, 107 ਪੁਆਇੰਟ ਸੀ, ਉਹ ਛਪੀ ਹੋਈ ਆ ਕਿਤਾਬ ਹਜੇ ਵੀ ਜੀ। ਉਹ ਕਿਤਾਬ ਤੋਂ ਜਦੋਂ ਮੈਂ ਟੋਰਾਂਟੋ ਖੇਡਿਆ, ਫਿਰ ਮੈਂ ਵੈਨਕੂਵਰ ਮੈਚ ਦੁਬਾਰਾ ਚੱਲੇ, ਵੈਨਕੂਵਰ ਜਾ ਕੇ ਪ੍ਰੋਫੈਸਰ ਮੱਕਣ ਸਿੰਘ ਨੇ ਫਿਰ ਉੱਥੇ ਕਿਤਾਬ ਦਿੱਤਾ ਸੀ ਜੀ, ਵੀ ਮਸਤ ਬੰਦਾ ਇਹ, ਮਸਤ ਗੋਡੀ ਪਾ ਰਿਹਾ ਉਹਦੀ, ਵੀ ਇਹਨੂੰ ਕੋਈ ਨਹੀਂ ਹੈ ਜੀ, ਅਤੇ ਫਿਰ ਉੱਥੇ ਪ੍ਰੋਫੈਸਰ ਮੱਖਣ ਸਿੰਘ ਨੇ ਮਸਤ ਮੌਲਾ ਦਾ ਕਿਤਾਬ ਦਿੱਤਾ ਜੀ। ਵੀ ਮੈਚ ਵੀ ਤੁਸੀਂ ਹਾਰਦੇ ਰਹੇ ਅਤੇ ਕਬੱਡੀਆਂ ਵੀ ਤੁਹਾਡੀਆਂ ਮਤਲਬ ਕਿ ਉਵੇਂ ਰਹੀਆਂ? ਹਾਂਜੀ, ਜੱਫਾ ਕਹਿਣ ਦਾ ਮਤਲਬ ਕਿ ਤੁਹਾਨੂੰ ਜੱਫੇ ਨੇ ਜਿਹੜੇ ਉਹ ਨਹੀਂ ਲੱਗੇ ਉਸ? ਜੱਫੇ ਨਹੀਂ ਲੱਗੇ। ਹਾਂਜੀ, ਇਹ 2007 ਦੀ ਗੱਲ ਆਈ ਜੀ ਜੀ। ਹਾਂਜੀ। ਅੱਛਾ ਬਾਈ ਜੀ, ਫਿਰ ਅੱਜ ਕੱਲ੍ਹ ਕੀ ਕੰਮ ਕਾਰ ਚੱਲਦਾ? ਅੱਜ ਕੱਲ੍ਹ ਜੀ ਕੈਨੇਡਾ ਰਹਿੰਦੇ ਉੱਥੇ, ਅਤੇ ਉੱਥੇ ਟਰੱਕ ਡਰਾਈਵ ਕਰਦੇ। ਹਾਂਜੀ ਜੀ। ਅਤੇ ਪਰਿਵਾਰ ਦੇ ਵਿੱਚ ਕੌਣ ਕੌਣ? ਪਰਿਵਾਰ ਦੇ ਵਿੱਚ ਜੀ 3 ਸਿਸਟਰ ਆ, ਮੰਮੀ ਡੈਡੀ ਅਤੇ ਮੈਂ ਜੀ। ਹਾਂਜੀ। ਉਹ ਜਿਸ ਤਰ੍ਹਾਂ ਬਾਈ ਜੀ ਤੁਹਾਡੀ ਹਾਈਟ ਹੈ ਅਤੇ ਰੇਸ ਤੁਹਾਡੀ ਕਹਿ ਲਈਏ ਤਾਂ ਬੜੀ ਵਧੀਆ, ਅਤੇ ਮਿਹਨਤ ਕਰਕੇ ਐਜ਼ ਏ ਕਬੱਡੀ ਪਲੇਅਰ ਤੁਹਾਡੇ ਵਿੱਚ ਉਹ ਚੀਜ਼ਾਂ ਸਾਰੀਆਂ ਨੇ, ਅਤੇ ਤੁਸੀਂ ਕਿਤੇ ਕੋਈ ਫੌਜ ਜਾਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਨਹੀਂ ਕੀਤੀ? ਹਾਂਜੀ ਨਹੀਂ ਵੀਰੇ, ਮੈਂ ਬਸ ਜਿੱਦਾਂ ਛੋਟਾ ਹੁੰਦਾ ਕਬੱਡੀ 'ਚ ਹੀ ਫਿਰ ਲੱਗ ਗਿਆ, ਅਤੇ ਕਿਰਪਾ ਰਹੀ ਵਾਹਿਗੁਰੂ ਦੀ, ਮੈਂ ਛੋਟਾ ਹੀ ਛੇਤੀ ਬਾਹਰ ਬੂਹਰ ਜਾਣ ਲੱਗ ਗਿਆ ਖੇਡਣ ਜੀ, ਅਤੇ ਤਾਂ ਕਰਕੇ ਮੈਂ ਕਦੇ ਟਰਾਈ ਨਹੀਂ ਕੀਤਾ, ਕਦੇ ਵੀ ਕਿਸੇ ਨੌਕਰੀ ਲਈ ਕਦੇ ਗਿਆ ਨਹੀਂ ਹੈਗਾ ਜੀ, ਅਤੇ ਕਬੱਡੀ ਬਸ ਇਹੀ ਖੇਡ, ਕਬੱਡੀ ਨੂੰ ਸਮਰਪਿਤ ਹੋ ਗਏ, ਇਹਨੂੰ ਸਮਰਪਿਤ ਹੋ ਗਏ। ਹਾਂਜੀ, ਮੈਨੂੰ ਹੋ ਗਏ 22 ਸਾਲ ਹੋ ਗਏ ਜੀ ਕਬੱਡੀ ਖੇਡਦੇ ਨੂੰ ਜੀ। ਹਾਂਜੀ, ਵਾਹਿਗੁਰੂ ਦਾ। ਸੋ ਬੜਾ ਵਧੀਆ ਲੱਗ ਰਿਹਾ ਬਾਈ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਹੁਣ ਲਾਸਟ ਦੇ ਵਿੱਚ ਤੁਸੀਂ ਹੋਰ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਵੀਰੇ, ਮੈਂ ਕਬੱਡੀ ਲਈ ਇਹ ਕਹਿਣਾ ਚਾਹੁੰਦਾ ਵੀ ਕਬੱਡੀ ਨੂੰ ਇਮਾਨਦਾਰੀ ਨਾਲ ਖੇਡੋ, ਬਹੁਤ ਵਧੀਆ ਗੇਮ ਆ ਇਹ। ਬਿਲਕੁਲ ਜੀ। ਅਤੇ ਆਪ ਤੋਂ ਵੱਡਿਆਂ ਦਾ ਸਤਿਕਾਰ ਕਰੋ, ਆਦਰ ਕਰੋ, ਕੋਚਾਂ ਨੂੰ ਇੱਜ਼ਤ ਦਿਓ। ਹਾਂਜੀ। ਅਤੇ ਦੋ ਨੰਬਰ 'ਤੇ ਵਧੀਆ ਦੇਸੀ ਖੁਰਾਕ ਖਾ ਕੇ ਕਬੱਡੀ ਖੇਡੋ, ਜੋ ਆਪਣੀ ਨੈਚੁਰਲ ਖੁਰਾਕ ਆ। ਅਸੀਂ ਵੀ ਗਲਤੀਆਂ ਕੀਤੀਆਂ ਪਰ ਸਾਨੂੰ ਛੇਤੀ ਸਮਝ ਆ ਗਈ। ਅਸੀਂ ਵੀ ਬੈਨ ਹੋਏ 2008 ਦੇ ਵਿੱਚ, ਗਲਤੀਆਂ ਕੀਤੀਆਂ ਪਰ ਸਾਨੂੰ ਛੇਤੀ ਸਮਝ ਆ ਗਈ, ਤਾਂ ਹੀ ਤਾਂ ਅੱਜ ਵਧੀਆ ਅਸੀਂ ਤੰਦਰੁਸਤ ਬੈਠੇ ਹਾਂ। ਅਤੇ ਕਿਸੇ ਹੋਰ ਦੇ ਪਿੱਛੇ ਲੱਗ ਕੇ ਕੋਈ ਉੱਦਾਂ ਦੀ ਚੀਜ਼ ਨਾ ਖਾਓ ਵੀ ਤੁਹਾਡੇ ਸਰੀਰ ਨੂੰ ਕੋਈ ਫੈਕਟ ਸਾਰੀ ਫੈਕਟ ਹੋਵੇ। ਬਿਲਕੁਲ ਜੀ। ਅਤੇ ਦੋ ਨੰਬਰ 'ਤੇ ਬਈ, ਜਿੱਦਾਂ ਆਪਾਂ ਕਹਿੰਦੇ ਹਾਂ ਕਬੱਡੀ ਮਾਂ ਖੇਡ ਕਬੱਡੀ ਆ, ਕਬੱਡੀ ਵਾਕਈ ਮਾਂ ਖੇਡ ਕਬੱਡੀ ਆ। ਮੈਨੂੰ ਕਬੱਡੀ ਨੇ ਬਹੁਤ ਕੁਛ ਦਿੱਤਾ। ਅਤੇ ਜਿੱਦਾਂ ਮੇਰੇ 3 ਸਿਸਟਰ ਸੀ ਅਤੇ 5 ਕਿੱਲੇ ਪੈਲੀ ਦੇ ਸੀ ਮੇਰੇ ਕੋਲ, ਅਤੇ ਇਹ ਕਬੱਡੀ ਦੇ ਸਿਰ ਤੋਂ ਹੀ ਮੈਂ 3 ਸਿਸਟਰ ਦਾ ਵਿਆਹ ਕੀਤਾ, ਆਪਦੀ ਲਾਈਫ ਸੈੱਟ ਕੀਤੀ। ਅਤੇ ਦੋ ਨੰਬਰ 'ਤੇ ਵੀ ਮੈਨੂੰ ਕਬੱਡੀ ਨੇ ਬਹੁਤ ਵੱਡਾ ਨਾਂ ਦਿੱਤਾ, ਨਾਲੇ ਨਾਵਾਂ ਦਿੱਤਾ। ਹਾਂਜੀ ਬਿਲਕੁਲ। ਅਤੇ ਸਭ ਕੁਛ ਕਬੱਡੀ ਤੋਂ ਮੈਂ ਠੀਕ ਹਾਂ ਜੀ ਜੀ। ਹਾਂਜੀ। ਇਸੇ ਕਰਕੇ ਬਾਕੀ ਮੈਂ ਸਭ ਪਲੇਅਰਾਂ ਨੂੰ ਕਹਿੰਦਾ ਹਾਂ ਵੀ ਕਬੱਡੀ ਨੂੰ ਇਮਾਨਦਾਰੀ ਨਾਲ ਖੇਡੋ, ਇਹ ਬਹੁਤ ਕੁਛ ਦਿੰਦੀ ਆ। ਬਿਲਕੁਲ। ਇਮਾਨਦਾਰੀ ਨਾਲ ਖੇਡੋ, ਬਸ ਐਂਡ 'ਚ ਇਹੀ ਕਹਿੰਦਾ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਜੀ ਬਾਈ। ਸੋ ਦੋਸਤੋ, ਅੱਜ ਆਪਾਂ ਨੇ ਕਾਲੂ ਅਰਸੂਲਪੁਰ ਜੀ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਕੀਤੀਆਂ। ਸੋ ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ। ਉਦੋਂ ਤੱਕ ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।